ਹਫ਼ਤੇ ਦੇ ਵਿੱਚ ਵਿੱਚ ਜਾਂ ਤਾਂ ਮਾਫ਼ੀ ਮੰਗੇ, ਨਹੀਂ ਮਾਫ਼ੀ ਮੰਗੂਗਾ ਤਾਂ ਇੱਕ ਡੈਫਾਮੇਸ਼ਨ ਪਹਿਲਾਂ ਚੱਲ ਰਹੀ ਹੈ, ਇੱਕ ਹੁਣ ਚੱਲ ਰਹੀ ਹੈ, ਤਾਂ ਮੈਂ ਇਹਨੂੰ ਇਹ ਵੀ ਦੱਸ ਦਿਆਂ, ਅੱਜ ਤਾਂ ਤੂੰ ਮੁੱਖ ਮੰਤਰੀ ਹੈ, ਡੇ ਟੂ ਡੇ ਹੇਅਰਿੰਗ ਕਰਾ ਲਾ, ਛੇਤੀ ਮੁੱਕ ਜੂਗਾ ਤੇਰਾ, ਤੈਨੂੰ ਆਉਣਾ ਜਾਣਾ ਸੌਖਾ ਹੋ ਜੂਗਾ, ਨਹੀਂ ਤਾਂ ਅੱਡੀਆਂ ਘਸ ਜਾਣਗੀਆਂ ਤੇਰੇ ਨਾਲ, ਘਰਦੀ ਨੇ ਵੀ ਤਰੀਕ ਭੁਗਤਣ ਨਹੀਂ ਜਾਇਆ ਕਰਨਾ। ਸੋ ਇਹ ਜਿਹੜੇ ਤਿੰਨ ਇਹਨੇ ਮੇਨ ਐਲੀਗੇਸ਼ਨ ਟੈਕਸ ਇਨਸੈਂਟਿਵ ਦੇ ਲਾਏ ਸੀ, 108 ਕਰੋੜ ਦਾ ਜਿਹੜੇ ਇਹਨੇ ਬਣਾਇਆ ਸੀ, ਤੇ ਤਾਂ 5 ਕਰੋੜ ਮਸਾਂ ਬਣਦਾ। ਪ੍ਰੂਫ ਕਰੇ ਨਾ ਮੁੱਖ ਮੰਤਰੀ, ਜਾਂ ਆਪਦੇ ਆਪ ਨੂੰ ਟੈਗ ਲਵਾਵੇ ਕਿ ਮੈਂ ਹੈਬਿਚੁਅਲ ਲਾਇਰ ਹਾਂ, ਮੈਂ ਕੰਪਲਸਿਵ ਲਾਇਰ ਹਾਂ, ਮੇਰੇ ਮੂੰਹ ਚੋਂ ਨਿਕਲਦਾ ਹੀ ਝੂਠ ਹੈ। ਸਟੇਜ ਆਰਟਿਸਟ ਹੈ, ਸਟੇਜ ਆਰਟਿਸਟ ਨੇ ਤਾਂ ਲੋਕਾਂ ਨੂੰ ਭਰਮਾਉਣਾ, ਠੀਕ ਹੈ, ਇਹ 2 ਸਾਲ ਪਹਿਲਾਂ ਭਰਮਾ ਕੇ ਇਹ ਕਾਮਯਾਬ ਹੋ ਗਿਆ ਸੀ, ਇਹ ਸੋਚਦਾ ਐਤਕੀ ਵੀ ਹੋ ਜਾਊਗਾ, ਲੋਕ ਇੱਕ ਵਾਰੀ ਤੇਰੀਆਂ ਗੱਲਾਂ 'ਚ ਆ ਗਏ ਦੁਬਾਰਾ ਨਹੀਂ ਆਉਣਾ। ਹੁਣ ਇਹ ਤਿੰਨ ਚੀਜ਼ਾਂ ਮੈਂ ਤੁਹਾਨੂੰ ਜਿਹੜੀਆਂ ਉਹਨੇ 4 ਮੇਜਰ ਐਲੀਗੇਸ਼ਨਸ ਲਾਏ ਸੀ, ਮੈਂ ਤੁਹਾਨੂੰ ਵਿਦ ਡਾਕੂਮੈਂਟਸ ਦਿਖਾਏ। ਕੱਲ ਵਾਲੀ ਪੀਸੀ ਦਾ ਤਾਂ ਤਕਰੀਬਨ ਮੈਨੂੰ ਲੱਗਦਾ ਮੈਂ ਜਵਾਬ ਵਿਦ ਡਾਕੂਮੈਂਟਸ ਇੱਕ ਇੱਕ ਚੀਜ਼ ਦਾ ਦੇਤਾ। ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ, ਕਿਉਂਕਿ ਕੱਲ ਮੁੱਖ ਮੰਤਰੀ ਨੇ ਇੱਕ ਗੱਲ ਹੋਰ ਕੀਤੀ ਸੀ ਕਿ ਇਹ ਜੀ ਪੰਜਾਬ ਬਚਾਓ ਯਾਤਰਾ ਕੱਢ ਰਹੇ ਹੈ, ਇਹ ਪੰਜਾਬ ਬਚਾਓ ਯਾਤਰਾ ਦੀ ਲੋੜ ਕੀ ਹੈ, ਕੀ ਲੋੜ ਪੈ ਗਈ ਇਹਨਾਂ ਨੂੰ ਕੱਢਣ ਦੀ। ਅੱਜ ਮੈਂ ਉਹ ਵੀ ਦੱਸ ਦਿਆਂ ਕਿ ਮੁੱਖ ਮੰਤਰੀ ਕੀ ਲੋੜ ਪੈ ਗਈ ਪੰਜਾਬ ਬਚਾਓ ਯਾਤਰਾ ਕੱਢਣ ਦੀ। ਤੇ ਇੱਥੋਂ ਇੱਕ ਗੱਲ ਬੜੀ ਕਲੀਅਰ ਹੁੰਦੀ ਹੈ, ਇੱਕ ਵਾਰੀ ਨਹੀਂ, ਇਹ 4th-5th ਵਾਰੀ ਪੰਜਾਬ ਬਚਾਓ ਯਾਤਰਾ ਤੇ ਬੋਲਿਆ ਕਿ ਉਹਦਾ ਕਾਮਯਾਬੀ, ਲੋਕਾਂ ਦਾ ਰਿਸਪੌਂਸ ਤੇ ਚੂੰਡੀ ਬੜੀ ਸਹੀ ਥਾਂ ਤੇ ਵੱਢੀ ਗਈ ਹੈ, ਇਹ ਤਾਂ ਪਤਾ ਲੱਗ ਰਿਹਾ ਇਸ ਗੱਲ ਤੋਂ। ਮੈਨੂੰ ਲੱਗਦਾ ਇਹਨੂੰ ਰਾਤ ਨੂੰ ਵੀ ਪੰਜਾਬ ਬਚਾਓ ਯਾਤਰਾ ਦੀਆਂ ਤਸਵੀਰਾਂ ਸੌਣ ਨਹੀਂ ਦਿੰਦੀਆਂ। ਅੱਜ ਮੈਂ ਦੱਸਦਾ ਪੰਜਾਬ ਬਚਾਓ ਯਾਤਰਾ ਦੀ ਲੋੜ ਕੀ ਹੈ। 2 ਸਾਲਾਂ 'ਚ 60,000 ਕਰੋੜ ਰੁਪਈਏ ਦਾ ਕਰਜ਼ਾ ਲੈ ਲਿਆ, ਪੰਜਾਬ ਦੀ ਲੁੱਟ ਜਾ ਰਹੀ ਹੈ, ਪੰਜਾਬ ਨੂੰ ਬੈਂਕਰਪਟ ਕਰਨ 'ਤੇ ਲੱਗਿਓ, ਇਸ ਕਰਕੇ ਪੰਜਾਬ ਬਚਾਓ ਯਾਤਰਾ ਦੀ ਲੋੜ ਪਈ। ਲੋਕਾਂ ਨੂੰ MSP ਪੰਜਾਬ ਦੇ ਕਿਸਾਨਾਂ ਨੂੰ ਵਾਅਦਾ ਕਰਕੇ 22 ਦੀਆਂ 22 ਫਸਲਾਂ 'ਤੇ, ਸਭ ਨੇ ਉਹ ਤੇਰੇ ਬਿਆਨ ਮੁੱਖ ਮੰਤਰੀ, ਕੇਜਰੀਵਾਲ ਦੇ ਉਹ 5 ਮਿੰਟ ਵਾਲੀ ਬੀਬੀ ਦੇ, ਸਭ ਦੇ ਸੁਣੇ ਹੈ, ਉਸ ਗੱਲ ਤੋਂ ਮੁੱਕਰ ਗਿਆ, ਇਸ ਕਰਕੇ ਲੋੜ ਪਈ। ਪੰਜਾਬ ਦੇ ਖਜ਼ਾਨੇ ਨੂੰ ਦਿੱਲੀ ਦੇ ਲੋਕ, ਦਿੱਲੀ ਦੇ ਧਾਰਵੀ ਲੁੱਟਣ 'ਤੇ ਲੱਗੇ ਪਏ ਹੈ, ਹੈਲੀਕਾਪਟਰਾਂ 'ਤੇ ਉਡਾ ਰਹੇ ਹੈ, ਹਵਾਈ ਜਹਾਜ਼ਾਂ 'ਤੇ ਉਡਾ ਰਹੇ ਹੈ। ਅਰਵਿੰਦ ਕੇਜਰੀਵਾਲ ਦੀ ਪਬਲਿਸਿਟੀ ਪੰਜਾਬ ਦੇ ਖਜ਼ਾਨੇ ਦੇ ਪੈਸੇ ਨਾਲ 750 ਕਰੋੜ ਰੁਪਈਆ ਲਾ ਕੇ ਹੋ ਰਹੀ ਹੈ, ਇਸ ਕਰਕੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ, ਪੰਜਾਬ ਬਚਾਓ ਯਾਤਰਾ ਕੱਢਣ ਦੀ ਲੋੜ ਪਈ। ਅੱਜ ਲਾਅ ਐਂਡ ਆਰਡਰ ਦੇ ਕੀ ਹਾਲਾਤ ਬਣੇ, ਜੇਲ੍ਹਾਂ ਦੇ ਵਿੱਚੋਂ ਗੈਂਗਸਟਰਸ ਐਕਸਟੋਰਸ਼ਨ ਕਾਲ ਕਰ ਰਹੇ, ਗੈਂਗਸਟਰਸ ਪੰਜਾਬ ਦਾ ਸ਼ਾਸਨ ਚਲਾ ਰਹੇ, ਹਾਲਾਤ ਇੱਥੋਂ ਤੱਕ ਹੋ ਗਏ। ਤੁਸੀਂ ਹਿੰਮਤ ਤੇ ਹੌਸਲੇ ਵੇਖੋ ਵਧੇ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੂੰ ਐਕਸਟੋਰਸ਼ਨ ਦੀ ਕਾਲ ਆਈ ਹੈ, ਤੁਸੀਂ ਆਮ ਬੰਦੇ ਦਾ ਤਾਂ, ਵਪਾਰੀ ਦਾ ਤਾਂ ਸੋਚ ਲਓ ਬਣਨਾ ਕੀ ਹੈ। ਇਸ ਕਰਕੇ ਪੰਜਾਬ ਬਚਾਓ ਯਾਤਰਾ ਕੱਢਣ ਦੀ ਲੋੜ ਹੈ। ਆਪ ਦੇ ਲੀਡਰ ਨਸ਼ਾ ਵਿਕਾ ਰਹੇ ਹੈ ਘਰ ਘਰ ਗਲੀ ਗਲੀ 'ਚ, ਘਰ ਘਰ ਰਾਸ਼ਨ ਨਹੀਂ, ਘਰ ਘਰ ਨਸ਼ਾ ਪਹੁੰਚਾ ਰਹੇ ਹੈ, ਇਸ ਕਰਕੇ ਪੰਜਾਬ ਬਚਾਓ ਯਾਤਰਾ ਕੱਢਣ ਦੀ ਲੋੜ ਪਈ। ਸਿੱਖ ਨੌਜਵਾਨਾਂ 'ਤੇ ਭਗਵੰਤ ਮਾਨ NSA ਲਾ ਕੇ ਕਿਸੇ ਨੂੰ ਦਿਬਰੂਗੜ੍ਹ ਸਿੱਟ ਰਿਹਾ, ਕਿਸੇ ਨੂੰ ਦੂਰ ਦਰਾੜ ਜੇਲ੍ਹਾਂ 'ਚ ਸਿੱਟ ਰਿਹਾ, ਇਸ ਕਰਕੇ ਪੰਜਾਬ ਬਚਾਉਣ ਦੀ ਲੋੜ ਹੈ। ਗੁਰਦੁਆਰਿਆਂ 'ਤੇ ਪੁਲਿਸ ਵੱਲੋਂ ਹਮਲੇ ਕੀਤੇ ਜਾ ਰਹੇ ਹੈ, ਗਰੀਬਾਂ ਦੇ ਜੋ ਸਹੂਲਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀਆਂ ਸੀ, ਚਾਹੇ ਨੀਲੇ ਕਾਰਡ ਸੀ, ਚਾਹੇ ਸ਼ਗਨ ਸੀ, ਚਾਹੇ ਪੈਨਸ਼ਨ ਸੀ, ਚਾਹੇ SC ਸਕਾਲਰਸ਼ਿਪ ਸੀ, ਚਾਹੇ ਸਾਈਕਲ ਸੀ, ਅਨੇਕਾਂ ਚੀਜ਼ਾਂ, ਸੇਵਾ ਕੇਂਦਰ, ਸੁਵਿਧਾ ਕੇਂਦਰ ਸਭ ਬੰਦ ਹੋ ਗਏ।
ਇਸ ਕਰਕੇ ਪੰਜਾਬ ਬਚਾਓ ਯਾਤਰਾ ਕੱਢਣ ਦੀ ਲੋੜ ਪਈ। ਪੰਜਾਬ ਚੋ ਬਿਜ਼ਨਸ ਭੱਜ ਰਿਹਾ ਹੈ, ਪੰਜਾਬ ਦੇ ਵਿੱਚ ਨਵੀਂ ਕੋਈ ਨੌਕਰੀ ਨਹੀਂ ਬਣ ਰਹੀ, ਪੰਜਾਬ ਦੀਆਂ ਮਾਤਾਵਾਂ ਭੈਣਾਂ ਨਾਲ 1000 ਰੁਪਏ ਦਾ ਵਾਅਦਾ ਕਰਕੇ ਮੁੱਕਰ ਗਿਆ, ਜੇ 24,000 ਰੁਪਈਆ ਬਣ ਗਿਆ। ਇਹ ਤੇ ਹੋਰ ਅਨੇਕਾਂ ਕਾਰਨ ਹੈ, ਲਿਸਟ ਮੁੱਕਣੀ ਨਹੀਂ। ਇਸ ਕਰਕੇ ਪੰਜਾਬ ਬਚਾਓ ਯਾਤਰਾ ਦੀ ਲੋੜ ਪਈ ਹੈ। ਪੰਜਾਬ ਦੇ ਮੁੱਖ ਮੰਤਰੀ, ਮੈਂ ਇੱਕ ਲਾਈਨ 'ਚ ਤੈਨੂੰ ਮੁਕਾ ਦਿਆਂ ਅਖੀਰ 'ਚ, ਪੰਜਾਬ ਨੂੰ ਦਿੱਲੀ ਵਾਲੇ ਧਾੜਵੀਆਂ ਤੋਂ ਬਚਾਉਣ ਵਾਸਤੇ ਜੋ ਤੂੰ ਗਹਿਣੇ ਕਰਤਾ ਪੰਜਾਬ, ਬਦਲਾਵ ਦਾ ਵਾਅਦਾ ਕਰਕੇ ਆਇਆ ਸੀ, ਜੋ ਪੰਜਾਬ ਨੂੰ ਤੂੰ ਦਿੱਲੀ ਵਾਲਿਆਂ ਕੋਲੇ ਗਹਿਣੇ ਕਰਤਾ, ਉਸ ਕਰਕੇ ਪੰਜਾਬ ਬਚਾਓ ਯਾਤਰਾ ਕੱਢਣ ਦੀ ਲੋੜ ਹੈ, ਪੰਜਾਬ ਨੂੰ ਬਚਾਉਣ ਦੀ ਲੋੜ। ਸੋ ਮੈਂ ਅੰਤ 'ਚ ਇੱਕ ਗੱਲ ਨਾਲ ਸਮਾਪਤ ਕਰੂੰਗਾ ਕਿ ਇਹ ਜਿੰਨੇ ਝੂਠ, ਜਿੰਨੇ ਸ਼ਗੂਫੇ ਮੁੱਖ ਮੰਤਰੀ ਪਹਿਲਾਂ ਛੱਡਦਾ ਰਿਹਾ, ਇਹ ਸਾਡੀ ਗਲਤੀ ਸੀ ਕਿ ਅਸੀਂ ਇਹਨੂੰ ਇਗਨੋਰ ਕਰਦੇ ਰਹੇ। ਅੱਜ ਤੋਂ ਬਾਅਦ ਹਰ ਝੂਠ ਤੇ, ਹਰ ਗਲਤ ਐਲੀਗੇਸ਼ਨ ਤੇ ਡੈਫਾਮੇਸ਼ਨ ਫੇਸ ਕਰਨ ਲਈ ਤਿਆਰ ਰਹੇ। ਇੱਕ ਡੈਫਾਮੇਸ਼ਨ ਮੁਕਸਰ ਪਈ ਹੈ ਨਾ, ਉਹ ਬਿਆਨ ਉਹਦੇ ਦਾ ਦੇ ਰਿਹਾ ਕਿ ਮੈਂ ਤਾਂ ਕਹਿੰਦਾ ਰੋਜ਼ ਪਵੇ ਤਰੀਕ ਤੇ ਮੈਂ ਉੱਥੇ ਜਾ ਕੇ ਫਿਰ ਐਕਸਪੋਜ਼ ਕਰਾਂ, ਫਿਰ ਜਾਂਦਾ ਕਿਉਂ ਨਹੀਂ? ਤਰੀਕ ਤਾਂ 65, ਮੈਂ ਤਾਂ ਅੱਜ ਵੀ ਇਹਨੂੰ ਕਹਿ ਰਿਹਾ ਆਹ ਵੀ ਡੈਫਾਮੇਸ਼ਨ ਪੈ ਰਹੀ ਹੈ। ਤੇ ਦੋਨੋਂ ਡੈਫਾਮੇਸ਼ਨ ਚ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਚੈਲੰਜ ਕਰਦਾ ਤੁਹਾਡੇ ਰਾਹੀਂ, ਲਿਖ ਕੇ ਦੇਵੇ ਕੋਰਟ ਨੂੰ ਕਿ ਇਹਨਾਂ ਜਿਹੜੀਆਂ ਡੈਫਾਮੇਸ਼ਨਸ ਹੈ ਇਹਦੇ ਤੇ ਡੇ ਟੂ ਡੇ ਹੀਅਰਿੰਗ ਹੋਵੇ, ਮਹੀਨੇ ਦੇ ਵਿੱਚ ਵਿੱਚ ਇਹਦਾ ਫੈਸਲਾ ਹੋਵੇ ਕਿ ਇਹ ਸਹੀ ਹੈ ਕਿ ਗਲਤ ਹੈ। ਲੋਕ ਸਭਾ ਦੀ ਇਲੈਕਸ਼ਨ ਤੋਂ ਪਹਿਲਾਂ ਹੀ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਵੇ, ਤਾਂ ਕਿ ਪੰਜਾਬ ਦੇ ਲੋਕ ਸੱਚ ਤੇ ਝੂਠ ਵੈਸੇ ਤਾਂ ਲੋਕ ਜਾਣਗੇ ਹੈ, ਪਰ ਫਿਰ ਵੀ ਉਹਦੇ ਤੇ ਅਦਾਲਤ ਦੀ ਵੀ ਮੋਹਰ ਲੱਗ ਜਾਵੇ ਤੇ ਉਸ ਹਿਸਾਬ ਨਾਲ ਫਿਰ ਲੋਕ ਫੈਸਲਾ ਕਰਨ। ਤੁਹਾਡਾ ਧੰਨਵਾਦ ਜੀ ਬਹੁਤ ਬਹੁਤ। ਡੈਫੀਨੇਟਲੀ ਹੋਣਗੇ ਜੀ, ਡੈਫੀਨੇਟਲੀ ਹੋਣਗੇ। ਮੇਰੇ ਕੋਲ ਇੱਕ ਦਿਨ ਦੇ ਵਿੱਚ ਜਿਹੜੀਆਂ ਲਿਸਟਾਂ ਆਈਆਂ ਮੈਂ ਤੁਹਾਨੂੰ ਦੇਤੀਆਂ ਜੀ। ਦੇਖੋ ਪਾਲਿਸੀ ਐਗਜ਼ਿਸਟ ਕਰਦੀ ਹੈ, ਅੱਜ ਦੀ ਡੇਟ 'ਚ ਵੀ ਪਾਲਿਸੀ ਐਗਜ਼ਿਸਟ ਕਰਦੀ ਹੈ। ਤੁਸੀਂ ਮੈਂ ਵੀ ਉਹ ਹੋਟਲ ਉਸ ਪਾਲਿਸੀ ਦੇ ਤਹਿਤ ਆਪਦਾ CLU ਚੇਂਜ ਕਰਾ ਸਕਦੇ। ਉਹਦੇ 'ਚ ਕੰਡੀਸ਼ਨਸ ਬੜੀਆਂ ਸਟ੍ਰਿੰਜੈਂਟ ਹੁੰਦੀਆਂ। ਤੁਸੀਂ ਜਿੰਨੀ ਜ਼ਮੀਨ ਦਾ ਫੋਰੈਸਟ ਲੈਂਡ ਦਾ CLU ਚੇਂਜ ਕਰਾ ਰਹੇ ਹੋ, ਫੋਰ ਐਗਜ਼ਾਮਪਲ ਜੇ ਇਹ 20.8 ਏਕੜ ਦਾ CLU ਹੋਇਆ, ਤੁਸੀਂ 20.8 ਏਕੜ ਨੋਨ ਫੋਰੈਸਟ ਲੈਂਡ ਖਰੀਦ ਕੇ, ਜੇ ਹੈ ਨਹੀਂ ਤਾਂ ਖਰੀਦ ਕੇ, ਪੰਜਾਬ ਸਰਕਾਰ ਦੇ ਫੋਰੈਸਟ ਡਿਪਾਰਟਮੈਂਟ ਦੇ ਨਾਂ ਉਹਦੀ ਰਜਿਸਟਰੀ ਕਰਾਉਣੀ ਪੈਂਦੀ ਹੈ। ਉਸ 20 ਏਕੜ ਤੇ ਫੋਰੈਸਟ ਦੀ ਪਲਾਂਟੇਸ਼ਨ ਵਾਸਤੇ ਤੁਹਾਨੂੰ ਸਾਰਾ ਪੈਸਾ ਐਜ਼ ਪਰ ਸੁਪਰੀਮ ਕੋਰਟ ਫਿਕਸਡ ਰੇਟ, ਸੁਪਰੀਮ ਕੋਰਟ ਨੇ ਆਰਡਰ ਕੀਤਾ ਸੀ ਉਹਦੇ 'ਚ 2008 'ਚ, ਉਸ ਰੇਟ ਤੇ ਤੁਹਾਨੂੰ ਪੈਸੇ ਜਮ੍ਹਾਂ ਕਰਾਉਣੇ ਪੈਂਦੇ ਆ ਸਰਕਾਰ ਕੋਲ, ਫਿਰ ਤੁਹਾਡੀਆਂ ਕੰਡੀਸ਼ਨਸ ਮੀਟ ਕਰਨ ਤੋਂ ਬਾਅਦ ਤੁਹਾਡਾ CLU ਹੁੰਦਾ। ਸੋ ਕਈ ਲੋਕ ਇਹਨਾਂ ਕੰਡੀਸ਼ਨਸ ਨੂੰ, ਇਹ ਔਖੀਆਂ ਕੰਡੀਸ਼ਨਸ ਹੈ, ਪੈਸੇ ਲੱਗਦੇ ਆ ਇਹਦੇ ਤੇ, ਨਹੀਂ ਲੋਕ ਕਈ ਵਾਰੀ ਕਰਦੇ, ਬਟ ਦ ਪੋਲਿਸੀ ਇਜ਼ ਓਪਨ, ਜਿਹੜਾ ਮਰਜ਼ੀ ਕਰਾ ਲਵੇ ਜੀ। ਬ੍ਰਦਰ ਦੇਖੋ, ਮੈਂ ਇੱਕ ਚੀਜ਼ ਤੁਹਾਨੂੰ ਜ਼ਰੂਰ ਕਹਿਣੀ ਚਾਹੂੰਗਾ, ਤੁਸੀਂ ਕਿਹਾ CM ਸਾਹਿਬ ਨੇ ਇਹ ਗੱਲ ਕਹੀ, CM ਸਾਹਿਬ ਨੇ ਤਾਂ ਇਹ ਵੀ ਕਿਹਾ ਸੀ ਕਿ BMW ਦਾ ਪਲਾਂਟ ਆ ਗਿਆ, CM ਸਾਹਿਬ ਨੇ ਤਾਂ ਗੁਜਰਾਤ ਦੇ ਵਿੱਚ ਬਹਿ ਕੇ
ਇੱਕ ਬਗਾਨੀ ਸਟੇਟ ਦੇ ਵਿੱਚ ਇਹ ਵੀ ਹਿੱਕ ਥਾਪੜ ਕੇ ਕਿਹਾ ਸੀ ਮੈਂ ਜ਼ਿੰਮੇਵਾਰੀ ਨਾਲ ਕਹਿੰਦਾ ਗੋਲਡੀ ਬਰਾੜ ਫੜਿਆ ਗਿਆ। ਸੀਐਮ ਸਾਹਿਬ ਨੇ ਤਾਂ ਇਹ ਵੀ ਗੱਲ ਕਹੀ ਸੀ ਕਿ ਚੰਨੀ ਦਾ ਮੇਰੇ ਕੋਲ ਪਰੂਫ ਆ ਗਿਆ ਕਿ 2 ਕਰੋੜ ਰੁਪਈਆ ਇਹ ਖਿਡਾਰੀ ਤੋਂ ਲਿੱਤਾ ਤੇ ਪਰਚਾ ਦੇਣ ਲੱਗੇ ਤੇ ਅਰੈਸਟ ਕਰਨ ਲੱਗੇ। ਯਾਰ ਇਸ ਬੰਦੇ ਦੀ ਕੋਈ ਗੱਲ ਸੀਰੀਅਸਲੀ ਲੈਣ ਵਾਲੀ ਹੈ? ਹੀ ਇਜ਼ ਦ ਮੋਸਟ ਅਨਰਿਲਾਇਬਲ ਚੀਫ ਮਿਨਿਸਟਰ ਇਨ ਐਨੀ ਸਟੇਟ ਇਨ ਪੰਜਾਬ। ਇਹਦੀ ਗੱਲ ਨੂੰ ਕਿਸੇ ਨੂੰ ਸੀਰੀਅਸਲੀ ਨਾ ਲਿਆ ਕਰੋ। ਇਹ ਸਵੇਰੇ ਕੁਛ ਕਹਿੰਦਾ, ਸ਼ਾਮ ਨੂੰ ਕੁਛ ਕਹਿੰਦਾ, ਟਾਈਮ ਲਾਈਨ ਹੈ ਇਹਦੀ। 8 PM to 8 AM ਹੋਰ ਫ੍ਰੀਕੁਐਂਸੀ ਤੇ ਹੁੰਦਾ, 8 AM to 8 PM ਵੱਖਰੀ ਫ੍ਰੀਕੁਐਂਸੀ ਹੁੰਦੀ। ਡੈਫਾਮੇਸ਼ਨ ਵੈਰੀ ਸੂਨ ਜੀ, ਇਹ ਕੱਲ ਨੂੰ ਇਹਨੂੰ ਨੋਟਿਸ ਜਾਊਗਾ। ਹਫਤੇ ਦੇ ਵਿੱਚ ਵਿੱਚ ਜਾਂ ਤਾਂ ਮਾਫ਼ੀ ਮੰਗੇ, ਹਫਤਾ ਹੁੰਦਾ ਜਾਂ 14 ਦਿਨ ਹੁੰਦੇ, ਜਿਹੜੇ ਵੀ ਲੀਗਲ ਟਰਮ ਜਿੰਨੀ ਸਟਿਪੂਲੇਟਡ ਟਾਈਮ ਹੁੰਦਾ, ਨਹੀਂ ਮਾਫ਼ੀ ਮੰਗੂਗਾ ਤਾਂ ਇੱਕ ਡੈਫਾਮੇਸ਼ਨ ਪਹਿਲਾਂ ਚੱਲ ਰਹੀ ਹੈ, ਇੱਕ ਹੁਣ ਚੱਲ ਰਹੀ ਹੈ। ਤੇ ਮੈਨੂੰ ਇਹ ਵੀ ਦੱਸ ਦਿਆਂ, ਅੱਜ ਤਾਂ ਤੂੰ ਮੁੱਖ ਮੰਤਰੀ ਹੈ, ਡੇ ਟੂ ਡੇ ਹੇਅਰਿੰਗ ਕਰਾ ਲਾ, ਛੇਤੀ ਮੁੱਕ ਜੂਗਾ ਤੇਰਾ, ਤੈਨੂੰ ਆਉਣਾ ਜਾਣਾ ਸੌਖਾ ਹੋ ਜੂਗਾ, ਨਹੀਂ ਤਾਂ ਅੱਡੀਆਂ ਘਸ ਜਾਣਗੀਆਂ ਤੇਰੇ ਨਾਲ, ਘਰ ਦੀ ਨੇ ਵੀ ਤਰੀਕ ਭੁਗਤਣ ਨਹੀਂ ਜਾਇਆ ਕਰਨਾ।